ਦੇਸੀ ਜਿਹੇ ਮੁੰਡੇ ਪੂਰੇ ਅੱਤ ਸੋਹਣੀਏ, ਤਾਂ ਹੀ ਉਹ ਸਾਨੂੰ ਕਹਿੰਦੇ ਪਿੰਡਾਂ ਵਾਲੇ ਜੱਟ ਸੋਹਣੀਏ। ਆਪਣੇ ਮੁਕਾਮ ਤੇ ਅਸੀਂ ਕਹਿੰਦੇ ਬਾਹਰ 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 ਕੁਛ ਨਹੀਂ ਹੈਗਾ, ਬਾਹਰ ਅਸੀਂ ਉਰੀ ਬਣਾ ਦਾਂਗੇ ਬਾਹਰ। ਹਾਂਜੀ, ਅਸੀਂ ਬਾਹਰ ਉਰੀ ਬਣਾ ਦਾਂਗੇ 2 ਮਹੀਨੇ ਤੱਕ। ਦੇਖੋ ਤੁਸੀਂ ਆਓਗੇ ਆਪੇ, ਤੁਸੀਂ ਦੁਬਾਰਾ ਇੰਟਰਵਿਊ ਆਪ ਕਰਨਾ ਆਉਂਗੇ, ਜਿਵੇਂ ਤੁਸੀਂ ਹੁਣ ਕਰਨ ਆਏ ਹੋ ਅੱਗੇ ਨੂੰ ਵੀ ਕਰਨ ਆਉਂਗੇ। 10 ਪਲੇਟਾਂ ਤੋਂ ਉੱਠ ਗਿਆ ਜਦ 70-80 ਪਲੇਟਾਂ ਦੁਪਹਿਰੇ ਲਾਉਂਦੇ ਹਾਂ, 100 ਪਲੇਟਾਂ ਰਾਤ ਨੂੰ ਵੀ ਲਾ ਦਿੰਦੇ ਹਾਂ। ਰਿਸਪੋਂਸ ਬਾਬੇ ਦਾ ਬਹੁਤ ਵਧੀਆ ਜੀ, ਪਰ ਤਜਰਬਾ ਜੀ ਹਾਈ ਜਾਂਦਾ ਜੀ, ਜਦ ਹੱਥ ਫੂਕਦਾ ਤਜਰਬਾ ਆਪੇ ਆ ਜਾਂਦਾ ਜੀ। ਕਿਸੇ ਨੇ ਬਦਾਮ ਖਾਇਆ, ਕੱਲੀਆਂ ਧੱਕੇ ਖਾ ਗਿਆ ਕਰਾਂਦੇ। ਜੇ ਕੋਈ ਮਤਲਬ ਕੰਮ ਕਰਨਾ ਚਾਹੁੰਦਾ ਤਾਂ ਇੱਥੇ ਪੰਜਾਬ 'ਚ ਬਹੁਤ ਕੰਮ ਹੈ ਜੀ, ਕੁਛ ਵੀ ਕਰ ਸਕਦੇ ਹੋ ਤੁਸੀਂ। ਤੁਸੀਂ ਇਹ ਲਾ ਲਓ ਵੀ ਪਰਦੇਸੀ ਇੱਥੇ ਆ ਕੇ ਸਾਡੇ ਤੋਂ ਜ਼ਿਆਦਾ ਤਰੱਕੀ ਕਰੇ ਬੈਠੇ ਹਾਂ ਜੀ। ਬਿਲਕੁਲ, ਅਤੇ ਸ਼ਰਮ ਕੋਈ ਨਹੀਂ ਯਾਰ, ਕੋਈ ਵੀ ਕੰਮ ਹੋਵੇ ਕੋਈ ਮਤਲਬ ਹੀ ਨਹੀਂ ਸ਼ਰਮ। ਮੈਂ ਲਿਖ ਕੇ ਦਿੰਦਾ, ਬਾਹਰ ਬੂਹਰ ਕੁਛ ਨਹੀਂ ਧਰਿਆ ਵੀਰੇ, ਇਹ ਚੋਚਲੇ ਰਹਿ ਗਏ ਨੇ ਬਾਹਰ ਦੇ, ਠੀਕ ਹੈ ਨਾ। 45-45-40-40 ਲੱਖ ਰੁਪਏ ਲਾ ਕੇ ਚੱਲੇ ਅਸੀਂ, ਫਿਰ ਕਹਿੰਦੇ ਇੰਡੀਆ 'ਚ ਪੈਸਾ ਨਹੀਂ, ਇੰਡੀਆ 'ਚ ਪੈਸਾ ਕਿੱਥੇ ਰਹਿਣਾ। ਦੇਸੀ ਜਿਹੇ ਮੁੰਡੇ ਪੂਰੇ ਅੱਤ ਸੋਹਣੀਏ, ਤਾਂ ਹੀ ਉਹ ਸਾਨੂੰ ਕਹਿੰਦੇ ਪਿੰਡਾਂ ਵਾਲੇ ਜੱਟ ਸੋਹਣੀਏ। ਤਾਂ ਪਿੰਡਾਂ ਵਾਲੇ ਜੱਟ ਅਕਸਰ ਜਾਣੇ ਜਾਂਦੇ, ਚਾਹੇ ਖੇਤੀ ਵਾਸਤੇ ਹੋਣ। ਅਤੇ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਜੱਟ ਮੁੰਡਿਆਂ ਕੋਲ ਜਿਨ੍ਹਾਂ ਨੇ ਆਪਣੇ ਹੱਥੀਂ ਕਿਰਤ ਕਰਨ ਬਾਰੇ ਸੋਚ ਰਿਹਾ ਕਿ ਚਾਹੇ ਅਸੀਂ ਜ਼ਿਮੀਂਦਾਰ ਦੇ ਪੁੱਤ ਹੈਗੇ ਹਾਂ, ਕੀ ਅਸੀਂ ਮਿਹਨਤ ਨਹੀਂ ਕਰ ਸਕਦੇ, ਕਿ ਜ਼ਿਮੀਂਦਾਰਾਂ ਦੇ ਪੁੱਤ ਅੱਜ ਵਿਦੇਸ਼ਾਂ ਨੂੰ ਜਾ ਰਹੇ ਨੇ, ਕੀ ਇੱਥੇ ਕੰਮ ਨਹੀਂ ਹੈਗੇ। ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਕਾਰ ਨੂੰ ਹੀ ਤਿਆਰ ਕਰਕੇ ਫਤਿਹ ਫਾਰਮਰ ਹਾਊਸ ਦੇ ਨਾਂ 'ਤੇ ਗੱਡੀ ਤਿਆਰ ਕੀਤੀ ਹੈ, ਅਤੇ ਸਰੋਂ ਦਾ ਸਾਗ ਅਤੇ ਨਾਲ ਮੱਕੀ ਦੀਆਂ ਰੋਟੀਆਂ, ਜੋ ਸਾਡੇ ਪੰਜਾਬੀਆਂ ਦੀ ਇੱਕ ਵਿਰਾਸਤ ਵੀ ਹੈਗੀ ਅਤੇ ਇੱਕ ਖਾਣਾ ਵੀ ਹੈਗਾ, ਅਤੇ ਗੱਲਬਾਤ ਵੀ ਕਰਾਂਗੇ ਅੱਜ। ਬੜਾ ਵਧੀਆ ਲੱਗਿਆ, ਬੜਾ ਇਕੱਠ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸੋਹਣੀ ਇੱਕ ਮਤਲਬ ਪਲੇਟ ਅਸੀਂ ਪ੍ਰੈਜੈਂਟੇਸ਼ਨ ਕਹਿ ਸਕਦੇ ਹਾਂ, ਚਟਨੀ ਨਾਲ ਸਾਗ ਹੈਗਾ ਅਤੇ ਨਾਲ ਜਿਹੜਾ ਘਰ ਦਾ ਬਣਿਆ ਮੱਖਣ। ਅਤੇ ਬਾਈ ਨਾਲ ਗੱਲਬਾਤ ਕਰਦੇ ਹਾਂ, ਬਾਈ ਸਾਡੇ ਨਾਲ ਹੈਗੇ ਨੇ। ਬਾਈ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੋਈ, ਫਾਰਮਰ ਨਾਂ ਲਿਖਿਆ ਹੋਇਆ, ਕਿਸਾਨ ਦਾ ਪੁੱਤ ਅੱਜ ਕਮਾਈਆਂ ਕਰਨ ਲੱਗ ਗਿਆ। ਹਾਂਜੀ ਸਰ, ਅਤੇ ਇਹ ਤੁਹਾਡਾ ਵੀ ਉਪਰਾਲਾ ਸਾਨੂੰ ਵਧੀਆ ਲੱਗਿਆ ਜੀ, ਤੁਸੀਂ ਇੰਟਰਵਿਊ ਲਈ ਆਏ। ਅਤੇ ਇਹ ਮਤਲਬ ਇੱਦਾਂ ਲਾ ਲਓ, ਦੇਖ ਕੇ ਲਾ ਲਓ ਵੀ ਕਿਸੇ ਨੂੰ, ਇੱਕ ਮੇਰਾ ਮਿੱਤਰ ਹੈ ਜੀ ਮੋਹਾਲੀ ਕੰਮ ਕਰਦਾ, ਆਪਾਂ ਉਹਦੇ ਤੋਂ ਵਿਚਾਰ ਲੈ ਕੇ ਫਿਰ ਇਹ ਕੰਮ ਸਟਾਰਟ ਕੀਤਾ ਜੀ। ਕੀ ਨਾਮ ਹੈ ਬਾਈ? ਚਲੋ ਬਾਈ ਥੋੜ੍ਹਾ ਬਿਜ਼ੀ ਹੈਗਾ, ਬਾਈ ਨਾਲ ਵੀ ਗੱਲਬਾਤ ਕਰਾਂਗੇ। ਜਿਹੜਾ ਕੰਮ ਕਹਿੰਦੇ ਨੇ ਜਨਾਨੀਆਂ ਕਰਦੀਆਂ ਨੇ, ਅੱਜ ਜੇ ਬੰਦੇ ਕਰਨਗੇ ਤਾਂ ਹੀ ਕਮਾਈਆਂ ਹੋਣਗੀਆਂ। ਇਹ ਤਾਂ ਹੈ, ਇਹ ਤਾਂ ਹੈ ਬਾਈ ਜੀ। ਰੋਟੀ ਹੁਣ ਇਹ ਲਾ ਲਓ ਵੀ ਸਟੂਡੈਂਟਾਂ ਜਾਂ ਕੋਈ ਪੱਖੋਂ ਲਾ ਲਓ, ਜਿਸ ਤਰ੍ਹਾਂ ਨੌਕਰੀ ਪੇਸ਼ੇ ਵਾਲਾ, ਅਤੇ ਲੰਚ ਤਾਂ ਸਭ ਨੂੰ ਜ਼ਰੂਰੀ ਹੈ ਜੀ। ਅਤੇ ਲੰਚ ਦੇ ਤੌਰ 'ਤੇ ਅਸੀਂ ਮੱਕੀ ਦੀ ਰੋਟੀ, ਸਰਸੋਂ ਦਾ ਸਾਗ ਰੱਖਿਆ ਹੋਇਆ ਜੀ। ਅਤੇ ਕਦੋਂ ਤੋਂ ਤੁਸੀਂ ਜਿਹੜਾ ਇਹ ਸ਼ੁਰੂਆਤ ਕੀਤੀ, ਪਹਿਲਾਂ ਕੀ ਕਰਦੇ ਸੀ? ਤਾਂ ਫਿਰ ਤੁਸੀਂ ਸੋਚਿਆ ਨਹੀਂ ਜਿਵੇਂ ਇੱਥੋਂ ਲੰਘਦੇ ਨੇ, ਚਲੋ ਅਸੀਂ ਵੀ ਜਹਾਜ਼ਾਂ ਦੀ ਸੈਰਾਂ ਕਰ ਲਈ, ਆਪਾਂ ਪਿੰਡਾਂ ਵਿੱਚ ਜੰਮੇ ਪਲੇ ਹਾਂ, ਅਤੇ ਪਿੰਡਾਂ ਦੇ ਵਿੱਚ ਰੋਜ਼ਾਨਾ ਮਾਂ ਪਿਓ ਦੀਆਂ ਫੋਟੋਆਂ ਵੇਖਦੇ ਹਾਂ ਫੇਸਬੁੱਕ 'ਤੇ, ਸਾਡਾ ਮੁੰਡਾ ਫਲਾਣੀ ਕੰਟਰੀ ਚੱਲਿਆ, ਸਾਡਾ ਫਲਾਣੀ ਕੰਟਰੀ ਚੱਲਿਆ। ਨਹੀਂ, ਕੰਟਰੀ ਦੀ ਤਾਂ ਗੱਲ ਇਹ ਹੈ ਭਾਅ ਜੀ, ਅਸੀਂ ਪਹਿਲਾਂ ਕੈਬ ਚਲਾਉਂਦੇ ਸੀ। ਅਤੇ ਕੈਬ ਤੋਂ ਐਂ ਆ ਵੀ ਚਲੋ, ਸਾਡਾ ਜਿਹੜਾ ਮਿੱਤਰ ਸੀ ਉਹਨੇ ਕਿਹਾ ਵੀ ਹਰ ਵੀ ਤੁਸੀਂ ਵੀ ਕੰਮ ਕਰਕੇ ਦੇਖੋ ਯਾਰ, ਆਪਣਾ ਮਤਲਬ ਦੇਸੀ ਇੱਕ ਸਟੋਲ ਹੋ ਗਿਆ ਵੀ ਤੁਸੀਂ ਮਤਲਬ ਵੀ ਆ ਤੁਸੀਂ ਕਰਕੇ ਦੇਖੋ ਇਹ ਚੀਜ਼ ਵੀ ਬਹੁਤ ਵਧੀਆ, ਪਰ ਰਿਸਪੋਂਸ ਵੀ ਅੱਛਾ ਲੱਗਦਾ ਬਾਈ, ਫਰਕ ਹੈ ਜੀ ਉਹਦੇ 'ਚ। ਬਾਈ ਨਾਲ ਵੀ ਗੱਲ ਕਰਦੇ ਹਾਂ, ਬਾਈ ਘਰੇ ਰੋਟੀਆਂ ਬਣਾਈਆਂ ਨੇ ਕਿ ਹੁਣ ਅੱਜ ਕੰਮ ਤੋਰੇ ਨੇ ਤਾਂ ਫਿਰ ਨਾਲ ਰੋਟੀਆਂ ਸ਼ੁਰੂ ਕਰ ਦਿੱਤੀਆਂ ਆਪ ਬਣਾਉਣੀਆਂ? ਨਹੀਂ ਨਹੀਂ ਜੀ, ਮਾਤਾ ਬਣਾ ਕੇ ਭੇਜ ਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਅਤੇ ਬਾਈ ਬਹੁਤ ਧੰਨਵਾਦ ਤੁਹਾਡਾ ਜੀ, ਜਿਹੜਾ ਤੁਸੀਂ ਸਾਡੇ ਵਾਸਤੇ ਇੰਨਾ ਬੜਾ ਤੁਸੀਂ ਕੰਮ ਵੀ ਕਰਦੇ ਹੋ, ਨਾਲ ਨਾਲ ਆਪਾਂ ਗੱਲ ਵੀ ਕਰਦੇ ਰਹਾਂਗੇ। ਹਾਂਜੀ ਹਾਂਜੀ, ਕਿੰਨਾ ਵਧੀਆ ਲੱਗਦਾ ਜਦੋਂ ਹੱਥੀਂ ਕਮਾਈ ਕਰਦੇ ਹਾਂ। ਚਲੋ ਰੋਟੀਆਂ ਤੁਸੀਂ ਬਣਾ ਰਹੇ, ਇਹ ਵੀ ਆਪਾਂ ਜ਼ਿਮੀਂਦਾਰ ਦੇ ਪੁੱਤ, ਫਿਰ ਕੀ ਹੈ, ਰੋਟੀ ਨਹੀਂ ਬਣਾ ਸਕਦੇ ਜਾਂ ਅਸੀਂ ਸੋਚੀਏ ਤਾਂ? ਨਹੀਂ ਨਹੀਂ, ਬਹੁਤ ਵਧੀਆ ਫੀਲ ਹੁੰਦਾ ਜੀ, ਬਹੁਤ ਜ਼ਿਆਦਾ ਵਧੀਆ, ਬਹੁਤ ਰਿਸਪੋਂਸ ਆਉਂਦਾ ਜੀ, ਬਹੁਤ ਵਧੀਆ ਫੀਲ ਹੁੰਦਾ ਵੀ ਹਾਂ ਅੱਜ ਅਸੀਂ ਆਪਣੇ ਮੁਕਾਮ 'ਤੇ। ਅਸੀਂ ਕਹਿੰਦੇ ਬਾਹਰ 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 ਕੁਛ ਨਹੀਂ ਹੈਗਾ, ਬਾਹਰ ਅਸੀਂ ਉਰੀ ਬਣਾ ਦਾਂਗੇ ਬਾਹਰ।
ਹਾਂਜੀ ਅਸੀਂ ਬਾਹਰ ਉਰੀ ਬਣਾ ਦਾਂਗੇ 2 ਮਹੀਨੇ ਤੱਕ। ਦੇਖੋ ਤੁਸੀਂ ਆਓਗੇ ਆਪੇ, ਤੁਸੀਂ ਦੁਬਾਰਾ ਇੰਟਰਵਿਊ ਆਪ ਕਰਨਾ ਆਓ, ਜਿਵੇਂ ਤੁਸੀਂ ਹੁਣ ਕਰਨ ਆਏ ਹੋ ਅੱਗੇ ਨੂੰ ਵੀ ਕਰਨ ਆਓਗੇ। ਮੈਂ ਲਿਖ ਕੇ ਦਿੰਦਾ ਵੀ 2 ਮਹੀਨੇ ਤੱਕ ਬਾਹਰ ਬਣਾ ਦਾਂਗੇ। ਉਰੀ ਘਰ ਖਾਲੀ ਹੋਏ ਪਏ ਨੇ, ਅਸੀਂ ਦੁਆਬੇ 'ਚ ਦੇਖੀਏ ਜਾ ਕੇ, ਮੁੰਡੇ ਡੋਂਕੀਆਂ ਤੱਕ ਲਾ ਕੇ ਵੀ ਕਹਿੰਦੇ ਨੇ ਵੀ ਪਹੁੰਚ ਜਾਈਏ ਸੀ ਬਸ। ਹਾਂ ਬਿਲਕੁਲ ਜੀ ਬਿਲਕੁਲ, ਡੋਂਕੀਆਂ ਲਾ ਕੇ ਪੁੱਛ। ਡੋਂਕੀ ਆ ਵੀ, ਚਲੋ ਜਿਨ੍ਹਾਂ ਨੇ ਕੰਮ ਕਰਨਾ ਉਹ ਉੱਥੇ ਵੀ ਕਰ ਸਕਦਾ, ਕੋਈ ਡੋਂਕੀ ਜ਼ਰੂਰੀ ਥੋੜ੍ਹੀ ਹੈ। ਕੋਈ ਵੀ ਬਿਜ਼ਨਸ ਲਾ ਲਓ ਤੁਸੀਂ, ਛੋਟਾ ਬਿਜ਼ਨਸ ਕਰੋਗੇ, ਜਿੰਨਾ ਪੈਸਾ ਆਪਾਂ ਬਾਹਰ ਨੂੰ ਲਾਉਂਦੇ ਹਾਂ ਇੱਥੇ ਵੀ ਤਾਂ ਕਰੀਦੇ ਹਾਂ, ਤਾਂ ਇੱਥੇ ਕਿਉਂ ਨਹੀਂ। ਮਤਲਬ ਇਹ ਤਾਂ ਇਹ ਆ ਵੀ ਜਿਸੇ ਕੋਲ 4 ਪੈਸੇ ਹੈਗੇ ਆ, ਕੋਈ ਜ਼ਮੀਨ ਵੇਚ ਕੇ ਲਾ ਦੇਵੇ, ਕੋਈ ਕਰਜ਼ਾ ਲੈ ਕੇ ਲਾ ਦੇਵੇ, ਉਹ ਤਾਂ ਜਾਣਾ ਉਹਦਾ ਤਾਂ ਬਣਦਾ ਵੀ ਹੈ। ਜਿਨ੍ਹਾਂ ਨੂੰ ਸਰੀਰ ਮਤਲਬ ਲਾ ਲਓ ਵੀ ਇੱਥੇ ਨਹੀਂ ਕੁਛ ਬਣਦਾ, ਜਿਹੜਾ ਨੇ ਇੱਥੇ ਕੁਛ ਨਹੀਂ ਕੀਤਾ ਉਹ ਬਾਹਰ ਕੀ ਕਰੂਗਾ। ਬਿਲਕੁਲ, ਪੜ੍ਹਾਈਆਂ ਕਰਨ ਵਾਸਤੇ ਜਾਓ, ਕੋਈ ਇਹ ਨਹੀਂ ਹੈਗਾ, ਪਰ ਸਾਡਾ ਜਿਹੜਾ ਸੋਹਣਾ ਪੰਜਾਬ ਹੈਗਾ ਇਹਦੀ ਰੀਸ ਕਰ ਸਕਦਾ ਕੋਈ ਵੀ ਦੇਸ਼। ਜਿਵੇਂ ਚਲੋ ਤੁਸੀਂ ਹੁਣ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੈਗੀ ਸਾਡੀ ਵਿਰਾਸਤ 'ਚ ਮਿਲਿਆ ਹੋਇਆ। ਬਾਈ ਜੀ ਪਤਾ ਕੀ ਚੱਕਰ ਹੈ ਜੀ, ਬਾਹਰ ਦਾ ਤਾਂ ਇਹ ਗੱਲ ਹੈ ਵੀ ਜਿੱਥੇ ਹੁਣ ਜੇ ਅਸੀਂ ਇੱਥੇ ਇਹ ਕੰਮ ਕਰ ਸਕਦੇ ਹਾਂ, ਠੀਕ ਆ, ਫਿਰ ਉਹਨੂੰ ਉਹ ਬਾਹਰ ਵੀ ਜਾ ਕੇ ਕਰ ਲੂਗਾ। ਜਿਹਨੇ ਇੱਥੇ ਕੁਛ ਨਹੀਂ ਕਰਨਾ ਉਹ ਬਾਹਰ ਵੀ ਕੁਛ ਨਹੀਂ ਕਰਨਾ ਫਿਰ ਉਹਨਾਂ ਨੇ। ਪਰਿਵਾਰ ਕਿਵੇਂ ਵਧੀਆ ਸਾਥ ਦੇ ਰਿਹਾ, ਅਤੇ ਮੈਂ ਨਾਲ ਨਾਲ ਗੱਲਬਾਤ ਵੀ ਕਰਾਂਗਾ, ਨਾਲ ਨਾਲ ਸਮਾਨ ਵੀ ਦਿਖਾਵਾਂਗੇ ਜਿਹੜਾ ਜਿਹੜਾ ਆਪਾਂ ਜਿਹੜਾ ਤੁਸੀਂ ਇਹ ਬਈ ਘਰ ਦਾ ਤਿਆਰ ਕੀਤਾ ਸਾਰਾ ਕੁਛ। ਹਾਂਜੀ ਵੀਰੇ, ਘਰ ਦਾ ਤਿਆਰ ਹੈ ਸਭ ਸਭ ਕੋਲ, ਆਪਣੇ ਕੋਲ ਵਾਈਟ ਮੱਖਣ ਹੈ, ਅੱਛਾ, ਚਟਣੀਆਂ ਘਰ ਦੀ ਸਾਡੇ ਕੁੰਡੇ ਦੀ ਚਟਣੀ ਹੈ ਜੀ, ਸਭ ਕੁਛ ਆਪਣੇ ਕੋਲ। ਬੇਬੇ ਦੀ ਜਿਵੇਂ ਹੱਥ ਦੇ ਮੱਠਣ ਜਿਹਨੂੰ ਕਹਿੰਦੇ ਨੇ ਮਾਟੇ ਵਾਲਾ ਮੱਖਣ, ਕਿਹੜਾ ਕਹਿੰਦੇ? ਹਾਂਜੀ ਚਾਟੀ ਵਾਲਾ ਮੱਖਣ, ਚਾਟੀ ਵਾਲਾ ਜੀ। ਹਾਂਜੀ ਹਾਂਜੀ, ਅਤੇ ਪੂਰਾ ਪਰਿਵਾਰ ਫਿਰ ਕੰਮ ਲਾ ਰੱਖਿਆ? ਹਾਂ ਬਿਲਕੁਲ ਜੀ ਬਿਲਕੁਲ, ਸਾਰੇ ਕੰਮ ਲਾ ਰੱਖੇ ਜੀ, ਮਾਤਾ ਵੀ ਵਾਈਫ ਵੀ ਸਾਰੇ ਕੰਮ ਲੱਗੇ ਹੋਏ ਆ ਜੀ। ਅੱਛਾ, ਵਾਈਫ ਵੀ ਨਾਲ ਪੂਰਾ ਸਾਥ? ਹਾਂ ਬਿਲਕੁਲ ਜੀ ਬਿਲਕੁਲ, ਸਾਰੇ ਸਾਥ ਦਿੰਦੇ। ਕਹਿੰਦੀ ਨਿਸ਼ਾਨ ਨੂੰ ਲਿਆ ਵੀ ਮੇਰਾ ਹਿੱਸਾ, ਤੂੰ ਕੀ ਕਮਾਈ ਕਰਕੇ ਲਿਆਂਦੀ ਹੈ? ਨਹੀਂ ਨਹੀਂ, ਹਿੱਸਾ ਹੁੱਸਾ ਬਸ ਸਾਰਾ ਉਹਨੇ ਕੋਲ ਹੀ ਆ ਜੀ, ਅਸੀਂ ਕੀ ਕਰਨਾ ਉਹਨਾਂ ਨੂੰ ਮਿਲਦੀ ਹੈ। ਚਲੋ ਮਾਵਾਂ ਵੀ ਕਹਿੰਦੀਆਂ ਨੇ ਚਲੋ ਪੁੱਤ ਸਾਡਾ ਕਮਾਈ ਕਰਨ ਚੱਲਿਆ, ਚਲੋ ਭਰਜਾਈਆਂ ਨੂੰ ਵੀ ਖੁਸ਼ੀ ਹੁੰਦੀ ਹੈ। ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ, ਸਭ ਨੂੰ ਖੁਸ਼ੀ ਹੁੰਦੀ ਹੈ ਜੀ, ਸਾਰੇ ਖੁਸ਼ ਹਾਂ ਜੀ। ਅਨੀ ਕੋਈ ਦਾ ਕੰਮ ਹੈਗਾ, ਇੱਕ ਇਹ ਵੱਡਾ ਹੌਸਲਾ ਹੁੰਦਾ ਹੈ। ਹਾਂਜੀ ਹਾਂਜੀ, ਅੱਜ ਇਹ ਪਤਾ ਵੀ ਹਾਂ ਆਪਾਂ ਮੁਕਾਮ ਤੇ ਖੜੇ ਆ ਵੀ ਆਪਣਾ ਕੰਮ ਬਹੁਤ ਵਧੀਆ ਸੈਟਲ ਆ, ਬਹੁਤ ਵਧੀਆ ਬਾਬੇ ਕਿਰਪਾ ਨਾਲ ਜੀ। ਬਿਲਕੁਲ, ਜਿਵੇਂ ਅਸੀਂ ਹੁਣ ਕਹਿ ਦਿੰਦੇ ਹਾਂ ਕਿ ਇਹ ਕੰਮ ਛੋਟੇ ਹੁੰਦੇ ਨੇ, ਵੱਡੇ ਕੰਮ ਕਰਨੇ ਨੇ, ਅਸੀਂ ਇਹਦੇ 'ਚ ਸਾਡੀ ਇਨਸਲਟ ਹੁੰਦੀ ਹੈ, ਤੁਸੀਂ ਤੁਹਾਨੂੰ ਵੀ ਕਈਆਂ ਨੇ ਕਿਹਾ ਹੋਣਾ ਯਾਰ ਕਿੱਧਰ ਕੰਮਾਂ 'ਚ ਪੈ ਗਏ ਯਾਰ, ਤੁਸੀਂ ਕੋਈ ਹੋਰ ਕੰਮ ਕਰ ਲਓ, ਜ਼ਿਮੀਂਦਾਰ ਦੇ ਪੁੱਤ ਹੋ ਕੇ ਤੁਸੀਂ ਹੁਣ ਰੇਹੜੀਆਂ ਲਾਓਗੇ? ਹਾਂ ਬਹੁਤ ਹੈ, ਹੁੰਦੇ ਆ ਜੀ, ਕਈ ਲੱਤਾਂ ਖਿੱਚਦੇ ਨੇ ਜਦੋਂ ਕੰਮ ਚੱਲਦਾ ਹੁੰਦਾ ਨਾ ਬੰਦੇ ਦਾ, ਲੱਤਾਂ ਖਿੱਚਦੇ ਨੇ ਲੋਕੀ, ਬਹੁਤ ਕੁਝ ਬੋਲਦੇ ਲੋਕੀ, ਆਪਾਂ ਨੇ ਕਿਆ ਲੈਣਾ ਆਪਾਂ ਕਰਨ ਦਿੰਦੇ ਲੋਕ। ਹਾਂ ਬਿਲਕੁਲ ਜੀ ਬਿਲਕੁਲ, ਸਹੀ ਗੱਲ ਹੈ, ਆਪਾਂ ਤਾਂ ਲੇਗਾ ਪਰਮਾਤਮਾ ਦਾ ਨਾਮ ਜੀ ਚੱਕੀ ਚੱਲ ਰਹੇ ਫੱਟੇ। ਤੇ ਕਿੰਨਾ ਸਮਾਂ ਹੋ ਗਿਆ ਇੱਥੇ ਸ਼ੁਰੂ ਕੀਤੇ ਨੂੰ? ਸਾਨੂੰ ਹੋ ਗਿਆ 2.5 ਮਹੀਨੇ ਕੇ ਕਰੀਬ ਹੋ ਗਿਆ ਜੀ। ਤੇ ਕਿਵੇਂ ਲੱਗਿਆ ਜਦੋਂ ਸ਼ੁਰੂ ਤੋਂ ਕੀਤਾ, ਤੇ ਲੋਕ ਜਦੋਂ ਇੱਥੇ ਆਉਂਦੇ ਸੀ ਪਬਲਿਕ, ਤੇ ਉਹਨਾਂ ਨੂੰ ਖਵਾਉਂਦੇ ਸੀ, ਘਰ ਦਾ ਸਵਾਦ ਕੀ ਮਤਲਬ ਫਿਰ ਰਿਸਪੌਂਸ ਵਧਿਆ ਉਸ ਨੂੰ ਲੈ ਕੇ? ਹਾਂ ਬਿਲਕੁਲ ਜੀ ਬਿਲਕੁਲ, ਬਹੁਤ ਰਿਸਪੌਂਸ ਵਧਿਆ ਹੋਇਆ ਜੀ। 10 ਪਲੇਟਾਂ ਤੋਂ ਉੱਠ ਗਿਆ, ਜਾਂ 70-80 ਪਲੇਟਾਂ ਦੁਪਹਿਰੇ ਲਾਉਂਦੇ ਹਾਂ, 100 ਪਲੇਟਾਂ ਰਾਤ ਨੂੰ ਵੀ ਲਾ ਦਿੰਦੇ ਹਾਂ, ਬਹੁਤ ਰਿਸਪੌਂਸ ਬਾਬੇ ਦਾ ਬਹੁਤ ਵਧੀਆ ਜੀ। ਤੇ ਨਾਲ ਲੱਸੀ ਵੀ, ਉਹ ਵੀ ਸਾਰਾ ਕੁਛ? ਹਾਂ ਸਭ ਕੁਛ ਕਰਦਾ ਜੀ ਆਪਣੇ ਕੋਲ, A to Z ਚੀਜ਼ ਕਰਦੀ ਹੈ ਆਪਣੇ ਕੋਲ। ਤੇ ਘਰ ਦਾ ਮਤਲਬ ਕਹਿੰਦੇ ਨੇ ਮਤਲਬ ਮੱਝਾਂ, ਮਤਲਬ ਘਰ ਦਾ ਦੁੱਧ ਵੀ ਘਰ? ਹਾਂ ਘਰ ਦਾ ਸਭ ਕੁਝ ਕਰਦਾ ਜੀ, ਮੱਝਾਂ ਮੁੱਝਾਂ ਸਭ ਕੁਝ ਆਪਣੇ ਕਰਦੀਆਂ ਜੀ, ਆਪਣੇ ਕੋਲ ਸਭ ਕੁਝ ਕਰਦਾ। ਤਜਰਬਾ ਕਿੰਨਾ ਦੂਨਾ 'ਚ? ਤਜਰਬਾ ਜੀ ਆਈ ਜਾਂਦਾ ਜੀ, ਜਦ ਹੱਥ ਫੂਕਦਾ ਤਜਰਬਾ ਆਪੇ ਆ ਜਾਂਦਾ ਜੀ। ਕਹਿੰਦੇ ਨੇ ਬਦਾਮ ਖਾਇਆ ਅਕਲ ਨਹੀਂ ਆਉਣੀ, ਧੱਕੇ ਖਾ ਕੇ ਅਕਲ ਆਉਂਦੀ ਹੈ। ਬਿਲਕੁਲ ਮੰਨਦੇ ਗੱਲ? ਹਾਂ ਬਿਲਕੁਲ ਜੀ, 100% ਹੈ ਜੀ। ਕਹਿੰਦੇ ਸਿਰ 5 ਪੇ ਕੇ ਖਾ ਲਓ, ਫਿਰ ਉਦੋਂ ਬਾਅਦ ਕੰਮ ਹੀ ਨਹੀਂ ਕਰਨਾ, ਤੇ ਅਕਲ ਕਿੱਥੋਂ ਆਈ? ਅਕਲ ਕਿੱਥੇ ਆਣੀ ਨਾ ਜੀ ਨਾ, ਜਦ 4 ਬੰਦੇ ਬੈਠਾਂਗੇ, 4 ਬੰਦੇ ਸਾਨੂੰ ਪੁੱਛਦੇ, ਸਾਨੂੰ ਕਹਿ ਕੇ ਜਾਂਦੇ ਆ ਵੀ ਹਾਂ ਮਾਤਾ ਤੋਂ ਆਸ਼ੀਰਵਾਦ ਦਿਓ, ਵੀ ਬਹੁਤ ਵਧੀਆ ਮਾਤਾ ਬਣਾਉਂਦੇ ਆ ਜੀ, ਬਹੁਤ ਮਨ ਖੁਸ਼ ਹੁੰਦਾ ਆਪਣੇ ਦਿਲ ਤੋਂ। ਨਾਲੇ ਮਾਨੁਸ਼ ਲੋਕ ਕਹਿੰਦੇ ਨੇ ਕਿ ਮਾਵਾਂ ਦੇ ਹੱਥ ਦੀ ਚੀਜ਼ ਮਿਲ ਗਈ, ਇਹਨਾਂ ਸ਼ਹਿਰਾਂ 'ਚ ਕਿੱਥੇ ਬਹੁਤ ਔਖਾ ਹੈਗਾ? ਨਹੀਂ ਨਹੀਂ, ਸਾਡੇ ਕੋਲ ਐਸੇ ਐਸੇ ਕਸਟਮਰ ਵੀ ਆਉਂਦੇ, ਕਹਿੰਦੇ 5-5 ਸਾਲ ਹੋ ਗਏ ਅਸੀਂ ਜਦੋਂ ਪਿੰਡ ਛੱਡ ਕੇ ਉਰੇ ਆਏ ਹਾਂ, ਵੀ 5-5 ਸਾਲ ਹੋ ਗਏ ਸਾਗ ਖਾਏ ਨੂੰ, ਅੱਜ ਖਾਣ ਲੱਗੇ ਸੀ 5 ਸਾਲ ਬਾਅਦ। ਪਹਿਲਾਂ ਤਾਂ ਅਸੀਂ ਸਾਗ ਵਿਖਾਉਂਦੇ ਹਾਂ ਦਰਸ਼ਕਾਂ ਨੂੰ, ਜਿਹੜਾ ਇੱਕ ਸਾਗ ਹੁੰਦਾ ਅਸੀਂ ਉਹ ਗ੍ਰੈਂਡਰ ਜਿਹੜਾ ਅਸੀਂ ਮਸ਼ੀਨੀ ਹੁੰਦਾ ਬਈ, ਸੱਚ ਦੱਸੀ ਵੈਸੇ ਤਾਂ ਦੇਖ ਹੀ ਰਿਹਾ ਵੀ ਇਹ ਗ੍ਰੈਂਡਰ ਤਾਂ ਨਹੀਂ ਫੇਰਿਆ ਹੋਇਆ ਇਹਦੇ 'ਚ? ਵੀਰੇ ਇਹ ਤਾਂ ਖਾ ਕੇ ਟੇਸਟ ਕਰਨਾ ਪੈਣਾ, ਦਿਖਾ ਕੇ ਨਹੀਂ ਕੰਮ ਚੱਲਣਾ। ਪਰ ਜਿਹੜਾ ਇੱਕ ਇਹਦੇ 'ਚ ਉਹ ਹੈਗਾ ਨਾ, ਇੱਕ ਤੰਦਾਂ ਦਿਖ ਰਹੀਆਂ ਨੇ ਜਾਂ ਜਿਹੜੀ ਸਾਗ ਦੀ, ਇਹ ਆਪਦੇ ਆਪ ਹੀ ਦਿਖਾਈ ਦੇ ਰਿਹਾ ਕਿਉਂਕਿ ਉਹ ਜਿਹੜਾ ਗ੍ਰੈਂਡਰ ਹੁੰਦਾ ਉਹ ਤਾਂ ਘੁਲ ਜਾਂਦਾ ਪੂਰੀ ਤਰ੍ਹਾਂ। ਉਹ ਤਾਂ ਵੀਰੇ ਮਹਿੰਦੀ ਬਣ ਜਾਂਦਾ ਇਹ ਸਾਗ ਦਾ ਲੱਗੇ ਆ ਜੀ। ਹਾਂਜੀ,
ਇਹ ਦੇਖੋ ਪਾਇਆ ਹੋਇਆ ਜਿਵੇਂ ਉਹਨਾਂ ਉੱਤੇ ਪਿਆਜ਼ ਵਗੈਰਾ ਤੇ ਘਰ ਦੀਆਂ ਹਰੀ ਤੜਕਾ ਹੁੰਦਾ ਜੀ। ਬਾਕੀ ਦਾ ਜਿਹੜਾ ਬੇਸਿਕ ਪੈਂਦਾ ਹੈ ਨਾ, ਸਰੋਂ ਹੋ ਗਈ, ਪਾਲਕ ਹੋ ਗਈ, ਮੇਥਾ, ਹਾਂਜੀ ਹਾਂਜੀ ਹਾਂਜੀ। ਸਰੋਂ ਚ ਬਈ ਬਈ ਵਧੀਆ ਕੰਮ ਕਰ ਰਹੇ ਨੇ, ਨਾਲ ਨਾਲ ਕੰਮ ਕਰਦੇ ਰਹੇ ਕਿਉਂਕਿ ਗਾਹਕਾਂ ਨੂੰ ਵੀ ਜਲਦੀ ਹੁੰਦੀ ਹੈ ਤੇ ਪੈਕਿੰਗ ਵਗੈਰਾ ਵੀ ਫਿਰ ਕਰਕੇ ਦਿੰਦੇ ਹੋ? ਹਾਂ ਵੀਰੇ, ਪੈਕਿੰਗ ਹੋ ਜਾਂਦੀ ਹੈ ਜੀ, ਆਰਡਰ ਵੀ ਹੋ ਜਾਂਦਾ ਸਾਡਾ ਲੱਗਿਆ ਹੋਇਆ, ਕੋਲ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਜਿੱਥੇ ਵੀ ਚਾਹੀਦਾ ਹੁੰਦਾ ਉੱਥੇ ਪਹੁੰਚਾ ਦਿੰਦੇ ਹਾਂ। ਅੱਜ ਕੱਲ੍ਹ ਬੜੇ ਮਾਂ ਪਿਓ ਸ਼ੌਂਕ ਦੇ ਨਾਲ ਬੱਚਿਆਂ ਨੂੰ ਭੇਜਦੇ ਨੇ, ਅਸੀਂ ਦਰਸ਼ਕ ਵੀ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਾਈ ਜੀ, ਕਿਵੇਂ ਲੱਗਿਆ ਬਾਈਆਂ ਦਾ ਖਾਣਾ, ਕਿਉਂਕਿ ਅਸੀਂ ਜਿੰਨੇ ਵੀ ਬਹੁਤ ਇਕੱਠ ਹੋ ਗਏ ਸਮੇਂ ਇੱਥੇ, ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ ਵੀਰੇ। ਤੇ ਅਸੀਂ ਚਲੋ ਉਹਨਾਂ ਨਾਲ ਵੀ ਗੱਲਬਾਤ ਕੀਤੀ। ਅੱਜ ਕੱਲ੍ਹ ਆਪਣੇ ਪੰਜਾਬ ਦੇ ਗੱਭਰੂ ਜਿਹੜੇ ਹੈਗੇ ਨੇ ਬਾਹਰ ਜਾ ਰਹੇ, ਜੋ ਚੰਗੀ ਗੱਲ ਪੜਨ ਜਾ ਰਹੇ ਨੇ, ਪਰ ਪੰਜਾਬ ਦੇ ਪਿੱਛੇ ਵੀ ਤੁਸੀਂ ਦੇਖੋ ਕੁਛ ਬੱਚਿਆਂ ਨਹੀਂ, ਫਿਰ ਕਹਿੰਦੇ ਨਾਟੇ ਦੇ ਦਾਣੇ ਮੱਟੀਆਂ 'ਚ ਜਦੋਂ ਦਾਣੇ ਪਾਉਣ ਵਾਸਤੇ ਆਪਾਂ ਮੁੰਡੇ ਲੱਭਦੇ। ਗੱਲ ਬਿਲਕੁਲ ਸਹੀ ਹੈ ਵੀਰਿਆਂ ਦੀ, ਕਿਉਂਕਿ ਅੱਜ ਕੱਲ੍ਹ ਸਾਡੇ ਸਾਰੇ ਭਰਾ ਬਾਹਰ ਜਾ ਰਹੇ ਨੇ ਅਤੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ। ਹੁਣ ਅਸੀਂ ਆਪਣਾ ਮੱਕੀ ਦੀ ਰੋਟੀ, ਸਰਸੋਂ ਦਾ ਸਾਗ ਛੱਡ ਕੇ ਨਿਊਡਲ, ਬਰਗਰ, ਪੀਜ਼ੇ 'ਤੇ ਆ ਗਏ ਨੇ ਅੱਗੇ ਅਗਲੀ ਜਨਰੇਸ਼ਨ। ਅਤੇ ਮੈਂ ਕਹਾਂਗਾ ਕਿ ਸਾਨੂੰ ਆਪਣਾ ਵਿਰਸੇ ਦੇ ਕਲਚਰ ਨਹੀਂ ਭੁੱਲਣਾ ਚਾਹੀਦਾ ਹੈਗਾ। ਜੋ ਇਹ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ, ਮੱਖਣ, ਲੱਸੀ ਹੈਗੀ ਹੈ, ਇਹ ਸਾਡੀ ਆਪਣੀ ਘਰ ਦੀ ਮੈਂ ਕਹਾਂਗਾ ਕਿ ਖੇਤੀ 'ਚੋਂ ਹੀ ਉਹ ਹੋਇਆ ਹੈਗਾ ਹੈ। ਅਤੇ ਮੈਂ ਚਾਹਾਂਗਾ ਕਿ ਇਹ ਵੀਰ ਹੋਰ ਅੱਗੇ ਤਰੱਕੀ ਕਰਨ ਅਤੇ ਇੱਦਾਂ ਹੀ ਮੱਕੀ ਦੀ ਰੋਟੀ ਅਤੇ ਸਰਸੋਂ ਦੇ ਸਾਗ ਦਾ ਅੱਗੇ ਆਪਣਾ ਵੱਡਾ ਕੋਈ ਢਾਬਾ ਜਾਂ ਕਹਿ ਸਕਦੇ ਹਾਂ, ਕੋਈ ਵੱਡਾ ਕੰਮ ਕਰ ਸਕਣ ਇਹ। ਕਿਹੜੇ ਮਤਲਬ ਤੁਸੀਂ ਹੈਗੇ ਹੋ ਬਾਈ, ਕਿੱਥੋਂ ਮਤਲਬ ਬਿਲੋਂਗ ਕਰਦੇ ਹੋ, ਕਿਹੜੀ ਮਤਲਬ ਤੁਸੀਂ? ਇੱਥੇ ਹੀ ਬਿਲੋਂਗ ਕਰਦੇ ਹਾਂ ਵੀਰ ਜੀ, ਅਸੀਂ ਜ਼ੀਰਕਪੁਰ ਦੇ ਹਾਂ। ਹਾਂ, ਇਹ ਕੋਲ ਫਿਰ ਸਪੈਸ਼ਲ ਆਉਂਦੇ ਖਾਣਾ ਵੀਰੇ, ਮਤਲਬ ਕਿ ਜਦ ਤੋਂ ਇਹ ਬਾਈ ਅਸੀਂ ਦੇਖੇ ਹਾਂ ਤਦ ਤੋਂ ਅਸੀਂ ਇਹਨਾਂ ਕੋਲ ਆ ਰਹੇ ਹਾਂ ਰੂਟੀਨ 'ਚ, ਮਤਲਬ 2 ਦਿਨ ਛੱਡ ਕੇ ਆਈ ਜਾਂਦੇ ਹਾਂ ਘੁੰਮਦੇ ਫਿਰਦੇ ਨਾ ਬਾਈਆਂ ਕੋਲ ਖਾਣ। ਬਹੁਤ ਵਧੀਆ ਟੇਸਟ ਹੈ, ਆਪਣਾ ਘਰੇਲੂ ਟੇਸਟ ਹੈਗਾ, ਪਿੰਡਾਂ ਦਾ ਜਿੱਦਾਂ ਹੁੰਦਾ ਉਹ ਸਵਾਦ ਹੈ। ਅੰਤ ਤੱਕ ਕਿਆ ਹੁੰਦਾ ਸੀਗਾ, ਅਸੀਂ ਕਿਤੇ ਬਰਗਰ ਖਾ ਲਿਆ, ਪੀਜ਼ੇ ਖਾ ਲਿਆ, ਭਾਸ਼ਾ ਦੀ ਕਰ ਰਹੇ ਸੀ ਜੇਕਰ ਆਪੋ ਆਦਤ ਹੈ ਸੀਗੇ, ਇੱਥੇ ਦੇ ਰਹਿਣ ਵਾਲਿਆਂ ਸਾਨੂੰ ਪੁਆਧੀ ਭਾਸ਼ਾ ਹੀ ਆਉਂਦੀ ਹੈ, ਪਰ ਕਦੇ ਕਦੇ ਪੰਜਾਬੀ ਬੋਲਣੀ ਪੈ ਜਾਂਦੀ। ਪੁਆਧ ਬੜੀ ਵਧੀਆ ਲੱਗਦੀ ਜਦੋਂ ਅਸੀਂ ਸੁਣਦੇ ਹਾਂ। ਪੁਆਧ ਐਸਾ ਹੈ ਕਿ ਜੀ ਬਹੁਤ ਵਧੀਆ ਖਾਣਾ ਹੈ, ਵਧੀਆ ਬਣਾਉਂਦੇ ਆ ਬਾਈ ਆਪਣੇ, ਇਹ ਬਹੁਤ ਮਿਹਨਤ ਕਰ ਰਹੇ ਨੇ ਮੇਰੇ ਵੀਰ। ਅੰਤ ਅੱਜ ਕੱਲ੍ਹ ਅਸੀਂ ਵੀ ਸ਼ਰਮਾਉਂਦੇ ਜੇ ਕੰਮ ਕਰਦੇ, ਪਰ ਵੀਰ ਸ਼ਰਮ ਸ਼ੁਰਮ ਕੁਛ ਨਹੀਂ ਹੈਗੀ, ਬਹੁਤ ਵਧੀਆ ਕੰਮ ਕਰ ਰਹੇ ਨੇ, ਬਹੁਤ ਵਧੀਆ ਖਾਣਾ ਇਹਨਾਂ ਦਾ। ਅਸੀਂ 1.5 ਮਹੀਨੇ ਦਾ ਵਧੀਆ ਆਪਣਾ ਇਹ ਚਲਾ ਰਹੇ ਹਾਂ ਕੰਮ, ਅਤੇ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਪੰਜਾਬੀ ਭਰਾ ਇੱਥੇ ਆਪਣਾ ਕੰਮ ਕਰਕੇ ਆਪਣਾ ਵਧੀਆ ਉਹ ਕਰ ਰਹੇ ਹੈ। ਅੰਤਾ ਸਾਡੇ ਇੱਥੇ ਨਸ਼ਾ ਬਹੁਤ ਹੈ ਵੀਰ, ਨਸ਼ੇ ਤੋਂ ਪਰੇ ਨੇ, ਸਭ ਤੋਂ ਬੜੀ ਗੱਲ ਇਹ ਹੈ, ਨਸ਼ੇ ਤੋਂ ਪਰੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣਾ। ਇਹ ਦੇਖੋ ਤੁਹਾਡੇ ਸਾਹਮਣੇ ਕਿਆ ਸੈਟਅਪ ਜੋੜਿਆ ਉਹਨਾਂ ਨੇ। ਅੰਤਾ ਅੱਜ ਕੱਲ੍ਹ ਕਹਿੰਦਾ ਕੌਣ ਕਰੂਗਾ, ਬਥੇਰੇ ਨੇ ਜ਼ਮੀਨਾਂ ਵੇਚ ਕੇ ਸਾਡੇ ਭਰਾ ਦੇ ਤਾਂ ਬਾਹਰ ਹੀ ਚਲੇ ਗਏ। ਬਿਲਕੁਲ, ਇਹ ਭਰਾ ਸਾਡੇ ਇੱਥੇ ਕੰਮ ਕਰ ਰਹੇ ਨੇ, ਸਾਨੂੰ ਬਹੁਤ ਖੁਸ਼ੀ ਹੈ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ, ਨਸ਼ੇ ਤੋਂ ਬਚੇ ਹੋਏ ਨੇ, ਵਧੀਆ ਕੰਮ ਲੱਗੇ ਹੋਏ ਨੇ ਇਹ। ਬਿਲਕੁਲ, ਬਾਈਆਂ ਨਾਲ ਆਖਰੀ ਗੱਲਬਾਤ ਕਰਾਂਗੇ। ਬਹੁਤ ਵਧੀਆ ਲੱਗਿਆ, ਦੇਖੋ ਨੌਜਵਾਨ ਹੋਰ ਸਾਗ ਪਵਾ ਰਹੇ ਨੇ ਉੱਪਰੋਂ, ਅਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ? ਚਲੋ ਅਸੀਂ ਸਾਡੇ ਨੌਜਵਾਨ ਪੰਜਾਬੀ ਚਲੋ ਜਿੱਥੇ ਵੀ ਜਾਂਦੇ ਨੇ ਮੱਲਾਂ ਮਾਰਦੇ ਨੇ, ਆਪਦਾ ਨਾਮ ਵੀ ਕਮਾਉਂਦੇ ਨੇ, ਅਤੇ ਹੁਣ ਤੁਸੀਂ ਮਿਹਨਤ ਕਰਨ ਲੱਗੇ ਹੋ, ਅਤੇ ਕੀ ਸੰਦੇਸ਼ਾ ਕੀ ਹੈਗਾ ਨੌਜਵਾਨਾਂ ਲਈ? ਵੀਰੇ, ਸੰਦੇਸ਼ਾ ਤਾਂ ਸਾਡਾ ਇਹ ਹੈ ਵੀ ਜੇ ਕੋਈ ਮਤਲਬ ਕੰਮ ਕਰਨਾ ਚਾਹੁੰਦਾ ਤਾਂ ਇੱਥੇ ਪੰਜਾਬ 'ਚ ਬਹੁਤ ਕੰਮ ਹੈ ਜੀ, ਕੁਛ ਵੀ ਕਰ ਸਕਦੇ ਹਾਂ ਤੁਸੀਂ। ਤੁਸੀਂ ਇਹ ਲਾ ਲਓ ਵੀ ਪਰਦੇਸੀ ਇੱਥੇ ਆ ਕੇ ਸਾਡੇ ਤੋਂ ਜ਼ਿਆਦਾ ਤਰੱਕੀ ਕਰੇ ਬੈਠੇ ਹਾਂ ਜੀ। ਬਿਲਕੁਲ, ਅਤੇ ਸ਼ਰਮ ਕੋਈ ਨਹੀਂ ਯਾਰ, ਕੋਈ ਵੀ ਕੰਮ ਹੋਵੇ ਕੋਈ ਮਤਲਬ ਹੀ ਨਹੀਂ ਸ਼ਰਮ ਦਾ। ਪੁਆਧ? ਹਾਂਜੀ, ਸਾਡਾ ਪੁਆਧ ਏਰੀਆ ਜੀ। ਬਿਲਕੁਲ, ਤੁਹਾਡੀ ਭਾਸ਼ਾ ਬਹੁਤ ਵਧੀਆ ਲੱਗਦੀ, ਮੈਂ ਤਾਂ ਕਹਿੰਦਾ ਤੁਸੀਂ ਉਸ ਭਾਸ਼ਾ 'ਚ ਸਾਨੂੰ ਦੱਸੋ ਗੱਲਾਂ ਕੁਛ ਜਿਹੜੀਆਂ। ਨਹੀਂ, ਇਹ ਆ ਵੀ ਚਲੋ ਪੁਆਧ ਸਾਡਾ ਏਰੀਆ ਮਤਲਬ ਕੱਟ ਕੇ ਪਿੰਡਾਂ ਤੋਂ ਬਣਿਆ ਹੋਇਆ ਜੀ, ਤਾਂ ਬੋਲਣਾ ਵੀ ਜ਼ਰੂਰੀ ਹੈ ਜੀ। ਬਿਲਕੁਲ ਬਿਲਕੁਲ, ਇਹ ਤਾਂ ਸਾਨੂੰ ਇਹ ਲਾ ਲਓ ਵੀ ਨਾ ਅਸੀਂ ਪੁਆਧ ਦੇ ਰਹੇ ਨਾ ਅਸੀਂ ਹਿੰਦੀ ਦੇ ਰਹੇ, ਸ਼ਹਿਰ ਸਾਡੇ ਲਾਗ ਆ ਗਏ ਨਾ ਪੁਆਧੀ ਰਹੀ, ਮਤਲਬ ਹੁਣ ਉਪਰਾਲਾ ਚੱਲ ਰਿਹਾ ਪੁਆਧੀ ਵਾਸਤੇ।
ਹੁਣ ਦੁਬਾਰਾ ਬੰਦੇ ਬੋਲਣ ਲੱਗੇ। ਬਿਲਕੁਲ, ਫਿਰ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਸਾਡੇ ਪ੍ਰਵਾਸੀ ਕੰਮ ਕਰਨ ਲੱਗ ਗਏ, ਸਾਡੇ ਅਸੀਂ ਵੀ ਕੰਮ ਕਰਨਾ ਚਾਹੁੰਦੇ, ਪਰ ਅਸੀਂ ਕੰਮ ਉਹ ਕਰਨੇ ਨਹੀਂ ਚਾਹੁੰਦੇ ਜਿਹੜੇ ਉਹ ਹਰ ਇੱਕ ਕੰਮ ਕਰ ਲੈਂਦੇ ਨੇ। ਇਹ ਤਾਂ ਹੈ, ਇਹ ਮੰਨਦੇ ਹਾਂ ਜੋ ਕੰਮ ਕਰਦੇ ਹਾਂ ਅਸੀਂ ਸ਼ਰਮ ਕਰਦੇ ਹਾਂ ਉਸ ਕੰਮ ਤੋਂ, ਇਹ ਫਰਕ ਹੈਗਾ। ਸ਼ਰਮ ਕਰਨੀ ਜ਼ਰੂਰੀ ਹੈਗੀ ਭਾਈ, ਤੂੰ ਬੜੀ ਮਿਹਨਤ ਕਰ ਰਿਹਾ, ਸ਼ਰਮ ਕਰਨੀ ਜ਼ਰੂਰੀ ਹੈਗੀ। ਫਿਰ ਅਸੀਂ ਕਹਿੰਦੇ ਹਾਂ ਇਹ ਬਈ ਪ੍ਰਵਾਸੀ ਆਏ ਨੇ ਯੂਪੀ ਬਿਹਾਰ ਤੋਂ, ਮਿਹਨਤਾਂ ਕਰ ਰਹੇ ਨੇ, ਫਿਰ ਅਗਲੇ ਬਣਾਉਣਗੇ ਇੱਥੇ ਘਰ ਵਗੈਰਾ। ਹਾਂ ਬਿਲਕੁਲ ਬਣਾਉਣਗੇ ਜੀ, ਬਿਲਕੁਲ ਕਰਦੇ ਨੇ। ਕੋਈ ਸ਼ਰਮ ਕਾਹਦੀ ਹੈ ਵੀਰੇ, ਜਿਹਨੇ ਕਰੀ ਸ਼ਰਮ ਉਹਦੇ ਫੁੱਟੇ ਕਰਮ, ਜਿਹਨੇ ਕਰੀ ਸ਼ਰਮ ਉਹਦੇ ਫੁੱਟੇ ਕਰਮ। ਭਾਜੀ ਵੱਡੀ ਗੱਲ ਹੀ ਖਤਮ ਕਰਤੀ, ਅਸੀਂ ਸਾਡੇ ਬਜ਼ੁਰਗ ਜੋ ਕਹਿ ਕੇ ਜਾਂਦੇ ਸੀ ਨਾ, ਅਸੀਂ ਕਮਾ ਕੇ ਜੰਮੇ ਹੋਏ ਹਾਂ ਵੀਰੇ, ਅਸੀਂ ਕਮਾ ਕੇ ਜੰਮੇ ਹੋਏ ਹਾਂ, ਜੋ ਸਾਡਾ ਏਰੀਆ ਨਾ ਇਹ, ਜੋ ਸਾਡੇ ਸ਼ਹਿਰ ਲੱਗ ਸਾਡੇ ਪਿੰਡ ਨਾਲ, ਅਸੀਂ ਕਮਾ ਕੇ ਜੰਮੇ ਹੋਏ ਹਾਂ ਵੀਰੇ। ਕਿਉਂਕਿ ਸਾਨੂੰ ਕੋਈ ਵੀ ਛੋਟੀ ਜਿਹੀ ਸਟੋਲ ਵੀ ਲਾਉਣਾ ਚਾਹੁੰਦਾ ਨਾ, ਉਰੇ ਉਰੇ ਮੈਂ ਲਿਖ ਕੇ ਦਿੰਦਾ ਭਾਜੀ, 3-4 ਦਿਹਾੜੀ ਪਾ ਕੇ ਜਾਊਗਾ, ਪਰ ਜੋ ਕੁਆਲਿਟੀ ਉੱਪਰ ਸਭ ਤੋਂ ਬੜੀ ਕੁਆਲਿਟੀ ਹੋਣੀ ਚਾਹੀਦੀ, ਚੀਜ਼ ਕੇ ਅੰਦਰ ਸਭ ਕੁਛ ਦਊਗਾ, ਮੈਂ ਲਿਖ ਕੇ ਦਿੰਦਾ। ਬਾਹਰ ਬੂਹਰ ਕੁਛ ਨਹੀਂ ਧਰਿਆ ਵੀਰੇ, ਇਹ ਚੋਚਲੇ ਰਹਿ ਗਏ ਨੇ ਬਾਹਰ ਦੇ, ਠੀਕ ਹੈ ਨਾ, 45-45, 40-40 ਲੱਖ ਰੁਪਏ ਲੱਗ ਕੇ ਚੱਲੇ ਅਸੀਂ। ਫਿਰ ਕਹਿੰਦੇ ਇੰਡੀਆ 'ਚ ਪੈਸਾ ਨਹੀਂ, ਇੰਡੀਆ 'ਚ ਪੈਸਾ ਕਿੱਥੇ ਰਹਿਣਾ, ਪੈਸਾ ਰਹਿਣਾ ਕਿੱਥੇ ਫਿਰ ਵੀਰੇ, ਬਾਹਰਲੀ ਕੰਟਰੀ 'ਚ ਪੈਸਾ ਲੈ ਜਾਣਾ, ਸਾਰਾ ਕੁਛ ਤਾਂ ਅਸੀਂ ਲਟਾ ਕੇ ਉੱਧਰ ਦੇ ਚੱਲੇ ਹਾਂ, ਫਿਰ ਕਹਿੰਦੇ ਅਸੀਂ ਹੈ ਨਹੀਂ ਕਹਿਣਾ ਇੱਥੇ ਕੁਛ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ, ਜ਼ਮੀਨਾਂ ਵੇਚ ਵੇਚ ਕੇ ਜਾ ਰਹੇ ਹਾਂ, ਜਾਣ ਤੁਹਾਡੇ ਕੋਲ ਵੀ ਜ਼ਮੀਨਦਾਰ ਹੈਗੇ, ਤੁਹਾਡੇ ਮਤਲਬ ਕਿੱਲੇ ਕਰੋੜਾਂ ਦੇ ਹੋ ਗਏ ਹੋਣੇ, ਤੁਸੀਂ ਵੀ ਜਾ ਸਕਦੇ। ਹਾਂ ਬਿਲਕੁਲ ਜੀ, ਜਾ ਸਕਦੇ ਹਾਂ ਜੀ, ਪਰ ਨਹੀਂ ਜੇ ਆਪਾਂ ਬਾਹਰ ਉਰੀ ਬਣਾਵਾਂਗੇ, ਬਾਹਰ ਇੱਥੇ ਬਣਾਉਣਾ ਅਸੀਂ, ਹਾਂ ਅਸੀਂ ਆਪਣੇ ਲੋਕਲ ਬੰਦੇ ਨੌਕਰੀ ਦੇਵਾਂਗੇ, ਇਤਨਾ ਮਾਣ ਰੱਖਦੇ ਅਸੀਂ ਆਪਣੇ ਪਰ, ਵੀ ਇਤਨਾ ਮਾਣ ਸਾਨੂੰ। ਅਤੇ ਇਹ ਕਾਰ ਹੁਣ ਇਸੇ ਕਾਰ 'ਚ ਬਣ ਕੇ ਆਉਣਾ ਸਾਰਾ ਸਾਜੋ ਸਮਾਨ? ਹਾਂਜੀ ਸਾਰਾ ਇਹਦੀ ਕਾਰ ਦੇ ਵਿੱਚ ਹੀ ਆਉਂਦਾ ਸਭ ਕੁਝ ਜੀ। ਚਲੋ ਇੱਕ ਵਾਰੀ ਅਸੀਂ ਜਿਹੜੀ ਚਟਨੀ ਹੈਗੀ ਹੈ ਇਹ ਦੱਸ ਦਿਓ ਵੀ ਕੀ ਚੀਜ਼ਾਂ ਤੁਸੀਂ ਬਣਾ ਕੇ ਦੇਸੀ ਤਰੀਕੇ ਨਾਲ ਬਣਾ ਦਿਓ। ਚਲੋ ਇੱਕ ਆਪਾਂ ਵੀ ਨੋਰਮਲ ਘਰ ਦੇ ਮਸਾਲੇ ਜਾਂ ਕੋਈ ਬਾਹਰ ਦਾ ਮਸਾਲੇ ਵਰਤ? ਕੁਛ ਨਹੀਂ ਹੈ ਭਾਜੀ, ਚਟਨੀ ਬਣਾਈ ਹੈ, ਅਦਰਕ ਪਾ ਕੇ, ਲਸਣ ਪਾ ਕੇ, ਔਰ ਆਪਣਾ ਚਿੱਬੜ ਜਿਹਨੂੰ ਕਹਿੰਦੇ ਹਾਂ ਨਾ, ਉਹ ਅਸੀਂ ਚਿੱਬੜ ਰੱਖਿਆ ਹੋਇਆ, ਚਿੱਬੜ ਪਾਉਂਦੇ ਚਟਨੀ ਦੇ ਵਿੱਚ, ਠੀਕ ਹੈ ਜੀ। ਹੋਰ ਐਸਾ ਕੁਛ ਨਹੀਂ ਹੈ, ਕੋਈ ਬਾਹਰ ਦੀ ਕੋਈ ਚੀਜ਼ ਐਸਾ ਮਸਾਲਾ ਪਾ ਕੇ ਬਣਾਇਆ ਨਾ, ਕੁਛ ਨਹੀਂ, ਟਮਾਟਰ ਅਤੇ ਪਿਆਜ਼ ਪਾ ਕੇ ਨੋਰਮਲ ਚਟਨੀ ਬਣਾਈ ਹੋਈ ਆ, ਵਾਈਟ ਮੱਖਣ ਸਾਡੇ ਕੋਲ ਘਰ ਦਾ, ਆਪਣੇ ਮੱਝਾਂ ਸਰਖੀਆਂ ਸਭ ਕੁਛ ਆਪਣੇ ਕੋਲ ਆ ਜੀ, ਠੀਕ ਆ ਜੀ। ਲੱਸੀ ਆ, ਚਟਨੀ ਆ, ਰੱਬ ਨੂੰ ਰੋਟੀ ਆਪਣੀ ਪਲੇਟ ਨਾਲ ਲਾ ਕੇ ਆਪਾਂ ਸਾਰਾ, ਬਾਬੇ ਕਿਰਪਾ ਕਰ, ਬਹੁਤ ਵਧੀਆ ਰਿਸਪੋਂਸ ਆ ਰਿਹਾ ਕੰਮਾਂ ਦਾ ਜੀ, ਬਹੁਤ ਜ਼ਿਆਦਾ ਵਧੀਆ ਰਿਸਪੋਂਸ ਆ। ਚੱਲ ਇੱਕ ਵਾਰ ਦਰਸ਼ਕਾਂ ਨੂੰ ਲੋਕੇਸ਼ਨ ਵੀ ਦੱਸ ਦਿਓ, ਚਲੋ ਜਿਹੜੇ ਇੱਥੇ ਦਰਸ਼ਕ ਪਹੁੰਚਣਗੇ ਖਾਣ ਲਈ। ਹਾਂਜੀ, ਮੇਰਾ ਆਪਣਾ ਨੀਅਰ ਬਾਈ ਟ੍ਰਿਪਲ ਸੀ, ਆਪਣਾ VIP ਰੋਡ ਟ੍ਰਿਪਲ ਸੀ, ਮੇਰਾ 9985-1718-12। ਦੁਬਾਰਾ ਫਿਰ ਮੋਬਾਈਲ ਨੰਬਰ ਮੈਂ ਨੋਟ ਕਰਾਉਣਾ ਜੀ, 9855-1718-12, ਨੀਅਰ ਬਾਈ ਟ੍ਰਿਪਲ ਸੀ, ਬੀ ਸ਼ਾਮੀ ਅਸੀਂ ਖੜ੍ਹਦੇ ਹਾਂ, ਬੀ ਬਲੋਕ ਦੇਵਾਜੀ ਪਲਾਜ਼ਾ, ਨੀਅਰ ਬਾਈ ਦੇਵਾਜੀ ਪਲਾਜ਼ਾ, BBLOCK VIP ਰੋਡ। ਨੌਜਵਾਨ ਜਿਨ੍ਹਾਂ ਨੇ ਹੱਥੀਂ ਮਿਹਨਤ ਕਰਕੇ ਆਪਣਾ ਜਿਹੜਾ ਪਰਿਵਾਰ ਵੀ ਪਾਲ ਰਹੇ ਨੇ ਅਤੇ ਆਪਦੇ ਪਰਿਵਾਰ ਵੀ ਪੂਰਾ ਖੁਸ਼ ਹੈਗਾ ਅਤੇ ਪੂਰੇ ਪਰਿਵਾਰ ਨੂੰ ਰੋਜ਼ਗਾਰ ਵੀ ਜਿਹੜਾ ਦਿੱਤਾ ਹੋਇਆ, ਘਰੋਂ ਚੀਜ਼ ਬਣ ਕੇ ਆਉਂਦੀ ਹੈ ਅਤੇ ਇੱਥੇ ਪਰੋਸਿਆ ਜਾਂਦਾ ਹੈ ਇੱਕ ਪੰਜਾਬੀ ਸ਼ਾਹੀ ਖਾਣਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਸਰ੍ਹੋਂ ਦਾ ਸਾਗ, ਮੱਕੀ ਰੋਟੀ ਅਤੇ ਨਾਲ ਲੱਸੀ ਦਾ ਗਲਾਸ ਨਾਲ ਜਿਹੜਾ ਇਹਨਾਂ ਦੇ ਵੱਲੋਂ ਪਰੋਸਿਆ ਜਾਂਦਾ ਹੈ। ਸੋ ਸਾਨੂੰ ਮਿਹਨਤ ਜਿਹੜੀ ਹੈਗੀ ਹੈ ਸਾਡੇ ਬਾਬੇ ਨਾਨਕ ਤੋਂ ਮਿਲੀ ਹੋਈ ਹੈ ਕਿ ਮਿਹਨਤ ਹੀ ਸਾਡਾ ਇੱਕ ਫਰਜ਼ ਹੈਗਾ, ਸਾਡਾ ਕਿਰਤ ਕਰਨਾ ਸਾਡਾ ਇੱਕ ਫਰਜ਼ ਹੈ, ਇਸ ਤੋਂ ਸਾਨੂੰ ਨਹੀਂ ਭੱਜਣਾ ਚਾਹੀਦਾ। ਜੁੜਿਓ ਡੇਲੀ ਪੋਸਟ ਪੰਜਾਬੀ ਦੇ ਨਾਲ, ਕੈਮਰਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਸ਼।